charges in class 7, subject 2 to science, is the end of chapter 12. The three parts of each, Rastik Pragatiya, Satsu Tu Vana Swissi, is chapter 3, which is part 1, which reduces some of the bunch of CEO. Now, we discuss the other topic, which is the Padangi, Rajkarmandu, Samaj, Tadam, Sikhya, Vijimigadam, Vivastha. These topics may ਕੇਂਦਰੀ ਮੁਖੀ ਜਿਹੜਾ ਹੁੰਦਾ ਸੀਗਾ ਉਹ ਰਾਜਾ ਹੁੰਦਾ ਸੀਗਾ, ਠੀਕ ਹੈ ਜੀ। ਸੋ ਰਾਜਾ ਸੈਂਟਰਲ ਜਿਹੜਾ ਅਸੀਂ ਬੋਲਦੇ ਹਾਂ, ਮੁਖੀ ਹੋਏਗਾ, ਰਾਜਾ ਹੋਏਗਾ ਉਸ ਜਗ੍ਹਾ, ਠੀਕ ਹੈ ਜੀ। ਦੱਖਣੀ ਭਾਰਤ ਵਿੱਚ 700 ਤੋਂ 1200 ਈਸਵੀ ਦੇ ਰਾਜਾਂ ਦੇ ਸਮੇਂ ਦੇ ਦੌਰਾਨ ਰਾਜਾ ਮੁਖੀ ਮੰਨਿਆ ਜਾਂਦਾ ਸੀਗਾ, ਤੇ ਉਸਦੇ ਜਿਹੜੇ ਸਾਰੇ ਰਾਜ ਸੀਗੇ ਉਹਨਾਂ ਨੂੰ ਉਸਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀਗਾ। ਸਾਰੇ ਰਾਜਾਂ ਦੀ ਪ੍ਰਾਂਤਾਂ ਵਿੱਚ ਵੰਡ ਕੀਤੀ ਹੋਈ ਸੀਗੀ, ਠੀਕ ਹੈ। ਤੇ ਪ੍ਰਾਂਤਾਂ ਨੂੰ ਮੰਡਲ ਲੌਜਿਕ ਬੋਲਿਆ ਜਾਂਦਾ ਸੀ। ਸੋ ਜਿਹੜਾ ਇੱਕ ਪ੍ਰਾਂਤ ਸੀਗਾ, ਜਿਸ ਤਰ੍ਹਾਂ ਇੱਕ ਰਾਜ ਨੂੰ ਵੱਖਰੇ ਵੱਖਰੇ ਪ੍ਰਾਂਤਾਂ ਵਿੱਚ ਵੰਡ ਦਿੱਤਾ ਗਿਆ ਸੀਗਾ, ਤੇ ਜਿਹੜੇ ਇੱਕ ਪ੍ਰਾਂਤ ਹੈ ਉਸਦਾ ਨਾਮ ਮੰਡਲ ਚ, ਠੀਕ ਹੈ ਜੀ, ਮੰਡਲ ਚ ਰੱਖਿਆ ਗਿਆ ਸੀ। ਸਾਰੇ ਪ੍ਰਾਂਤ ਜਿਹੜੇ ਸੀਗੇ ਉਹਨਾਂ ਨੂੰ ਜਿਸ ਤਰ੍ਹਾਂ ਸੀਗਾ ਅੱਜ ਪਿੰਡ, ਸ਼ਹਿਰ, ਨਗਰ, ਉਸਦੇ ਆ ਉਸ ਸਮੇਂ ਪ੍ਰਾਂਤਾਂ ਨੂੰ ਮੰਡਲ ਵਿੱਚ ਬੋਲਿਆ ਜਾਂਦਾ ਸੀ। ਹੁਣ ਅੱਗੇ ਦੇਖਦੇ ਹਾਂ ਪਿੰਡਾਂ ਦੀ ਜਿਹੜੀ ਨਿਸ਼ਚਿਤ ਗਿਣਤੀ ਹੁੰਦੀ ਸੀ, ਕਿਉਂਕਿ ਪ੍ਰਾਂਤਾਂ ਨੂੰ ਅੱਗੇ ਪਿੰਡਾਂ ਵਿੱਚ ਵੰਡਿਆ ਗਿਆ ਹੁੰਦਾ ਸੀ। ਜਿਹੜੇ ਪਿੰਡਾਂ ਦੀ ਨਿਸ਼ਚਿਤ ਗਿਣਤੀ ਸੀਗੀ ਉਹਨਾਂ ਨੂੰ ਵੇਲੇ ਡੂਜ ਬੋਲਦੇ ਹੁੰਦੇ ਸੀਗੇ, ਠੀਕ ਹੈ ਜੀ। ਸੋ ਪਿੰਡਾਂ ਦੀ ਨਿਸ਼ਚਿਤ ਗਿਣਤੀ ਜਿਸ ਤਰ੍ਹਾਂ ਅਸੀਂ ਹੁਣ ਬਲੋਕ ਬੋਲਦੇ ਹਾਂ, ਉਸ ਸਮੇਂ ਪਿੰਡਾਂ ਦੀ ਨਿਸ਼ਚਿਤ ਗਿਣਤੀ ਨੂੰ ਵੇਲੇ ਡੂਜ ਬੋਲਿਆ ਜਾਂਦਾ ਸੀ, ਠੀਕ ਹੈ। ਸੋ ਸ਼ਾਸਨ ਦੀ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ, ਠੀਕ ਹੈ। ਤੇ ਪਿੰਡ ਵਿੱਚ ਦੋ ਸਭਾਵਾਂ ਹੁੰਦੀਆਂ ਸੀਗੀਆਂ, ਉਦ ਤੇ ਸਭਾ, ਠੀਕ ਹੈ ਜੀ। ਉਦ ਜਿਹੜੀ ਸੀਗੀ ਇਹਦੇ ਵਿੱਚ 18 ਸਾਲ ਤੋਂ ਘੱਟ ਉਮਰ ਵਾਲੇ ਸਾਰੇ ਲੋਕ ਹੀ ਸ਼ਾਮਲ ਹੁੰਦੇ ਸੀਗੇ, ਤੇ ਜਿਹੜੀ ਸਭਾ ਹੁੰਦੀ ਸੀਗੀ ਇਹਦੇ ਵਿੱਚ ਸਿਰਫ ਬਾਲਕ, ਜਿੰਨਾ ਵੀ ਉਸ ਸਮੇਂ ਦੀ ਉਮਰ 21 ਸਾਲ ਮੰਨੀ ਜਾਂਦੀ ਸੀ, 21 ਸਾਲ ਦੀ ਗਿਣਤੀ ਦੇ ਲੋਕ ਸ਼ਾਮਲ ਹੁੰਦੇ ਸੀਗੇ, ਉਮਰ ਦੇ ਲੋਕ ਸ਼ਾਮਲ ਹੁੰਦੇ ਸੀਗੇ। ਅਗਰ 18 ਸਾਲ ਬਾਲਕ ਦੀ ਉਮਰ ਮੰਨੀ ਜਾਂਦੀ ਹੋਏਗੀ ਤਾਂ 18 ਸਾਲ ਦੇ ਜਿਹੜੇ ਲੋਕ ਨੇ ਉਹਨਾਂ ਤੋਂ ਵੱਧ ਉਮਰ ਦੇ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਲ ਹੁੰਦੇ ਨੇ, ਠੀਕ ਹੈ ਜੀ। ਸੋ ਇਹਨਾਂ ਦੇ ਵਿੱਚ ਮੈਂ ਹੋਰ ਕਲੀਅਰ ਕਰਦਾ ਕਿ ਬਾਲਕ ਦਾ ਮਤਲਬ ਹੁੰਦਾ ਹੈ ਉਹ ਪਰਸਨ ਜਿਹਨੂੰ ਅਸੀਂ ਵੋਟ ਦੇਣ ਦੇ ਸਮਰੱਥ ਸਮਝਦੇ ਹਾਂ, ਠੀਕ ਹੈ। ਬਾਲਕ ਇੱਕ ਉਮਰ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ, ਜਿੱਦਾਂ ਸਾਡੇ ਦੇਸ਼ ਵਿੱਚ ਪਹਿਲਾਂ ਸੀਗੀ 21 ਸਾਲ ਦੀ ਉਮਰ, ਉਸ ਤੋਂ ਬਾਅਦ ਜਦੋਂ ਸਾਡੇ ਰਾਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਦੁਆਰਾ ਇਸ ਉਮਰ ਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀਗਾ। ਸੋ ਅੱਜ ਜਿਹੜਾ ਵੀ ਵਿਅਕਤੀ 18 ਸਾਲ ਦਾ ਹੋ ਜਾਂਦਾ ਹੈ ਉਹ ਕੀ ਹੈ, ਵੋਟ ਪਾ ਸਕਦਾ ਹੈ, ਠੀਕ ਹੈ। ਦੇਖਦੇ ਹਾਂ ਅੱਗੇ ਇਸ ਨੈਕਸਟ ਟੌਪਿਕ, ਇਸੇ ਟੌਪਿਕ ਦੇ ਅੰਡਰ ਵੀ ਸ਼ਕਤੀਸ਼ਾਲੀ ਫੌਜ। ਸੋ ਰਾਜ ਪ੍ਰਬੰਧ ਦੀ ਸੁਰੱਖਿਆ ਦੇ ਲਈ ਰਾਜਿਆਂ ਦੁਆਰਾ ਸ਼ਕਤੀਸ਼ਾਲੀ ਫੌਜ ਦੀ ਵਿਵਸਥਾ ਕੀਤੀ ਗਈ ਸੀ, ਜਿਹਦੇ ਵਿੱਚ ਹਾਥੀ, ਘੋੜ ਸਵਾਰ, ਜਲ ਸੈਨਾ ਤੇ ਪੈਦਲ ਸੈਨਾ ਸ਼ਾਮਿਲ ਹੁੰਦੀ ਸੀ, ਠੀਕ ਹੈ। ਕਿਉਂਕਿ ਇੱਕ ਰਾਜ ਨੂੰ ਮਜ਼ਬੂਤ ਬਣਾਉਣ ਦੇ ਲਈ ਜਿਹਦੇ ਆਰਥਿਕ ਪੱਖ ਤੋਂ ਸਟਰੋਂਗ ਹੋਣਾ ਜ਼ਰੂਰੀ ਹੈ, ਉੱਥੇ ਸੈਨਿਕ ਸ਼ਕਤੀ ਜਿਹੜੀ ਉਹਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਸੋ ਦੱਖਣੀ ਭਾਰਤ ਵਿੱਚ ਵੀ ਜਿਹੜੇ ਰਾਜੇ ਸੀਗੇ ਉਹਨਾਂ ਦੁਆਰਾ ਸ਼ਕਤੀਸ਼ਾਲੀ ਫੌਜ ਦਾ ਗਠਨ ਕੀਤਾ ਗਿਆ ਸੀ। ਉਸ ਤੋਂ ਬਾਅਦ ਦੇਖਦੇ ਹਾਂ ਇਨਕਮ ਦੇ ਸਾਧਨ ਜਿਹੜੇ ਰਾਜ ਦੇ ਸੀ ਉਸ ਟਾਈਮ ਤੇ, ਲਗਾਨ, ਠੀਕ ਹੈ। ਲਗਾਨ ਦੋ ਪ੍ਰਧਾਨਾ ਸੀਗਾ, ਭੂਮੀ ਲਗਾਨ ਤੇ ਵਪਾਰ ਲਗਾਨ। ਇਹ ਜਿਹੜਾ ਲਗਾਨ ਹੈ ਜਿਹਨੂੰ ਅਸੀਂ ਕਰ ਬੋਲਦੇ ਹਾਂ, ਇਹ ਕਰ ਸੀਗਾ ਲਿਆ ਜਾਂਦਾ ਲੋਕਾਂ ਤੋਂ ਜਿਹੜੇ ਲੋਕ ਖੇਤੀ ਕਰਦੇ ਸੀਗੇ, ਠੀਕ ਹੈ, ਉਹਨਾਂ ਤੋਂ ਖੇਤੀ ਦੇ ਤੌਰ ਤੇ ਕਰ ਲਿਆ ਜਾਂਦਾ ਸੀਗਾ। ਜਿਹੜੇ ਲੋਕ ਖੇਤੀ ਨਹੀਂ ਸੀ ਕਰਦੇ, ਵਪਾਰ ਕਰਦੇ ਸੀਗੇ, ਉਹਨਾਂ ਦੀ ਚੀਜ਼ਾਂ ਵਸਤਾਂ ਦੇਖੋ, ਜਿਸ ਤਰ੍ਹਾਂ ਅਸੀਂ ਹੁਣ ਟੈਕਸ ਦਿੰਦੇ ਹਾਂ, ਉਸ ਉਹਨਾਂ ਨੂੰ ਟੈਕਸ ਲਗਾਇਆ ਜਾਂਦਾ ਸੀ। ਇਹ ਟੈਕਸ ਜਿਹੜਾ ਸੀਗਾ ਰਾਜ ਪ੍ਰਬੰਧ ਦੀ ਇਨਕਮ ਦਾ ਸੋਮਾ ਹੁੰਦਾ ਸੀਗਾ। ਹੁਣ ਅਸੀਂ ਦੇਖਦੇ ਹਾਂ ਪੁਆਇੰਟ ਨੰਬਰ 2, ਸਮਾਜ। ਸਮਾਜ ਕਿਵੇਂ ਦਾ ਸੀਗਾ? ਸਮਾਜ ਵਿੱਚ ਜਾਤੀ ਵਿਵਸਥਾ ਕਾਇਮ ਸੀਗੀ, ਠੀਕ ਹੈ। ਤੇ ਜਾਤੀਆਂ ਦੀ ਵੰਡ ਦੋ ਆਧਾਰ ਤੇ, ਉੱਚ ਜਾਤ ਤੇ ਨੀਵੀਂ ਜਾਤ ਦੇ ਆਧਾਰ ਤੇ ਕੀਤੀ ਜਾਂਦੀ ਸੀ, ਠੀਕ ਹੈ। ਉੱਚ ਜਾਤ ਜਿਹੜੀ ਸੀਗੀ ਉਹਦੇ ਵਿੱਚ ਕੁਲੀਨ ਵਰਗ, ਬ੍ਰਾਹਮਣ ਵਰਗ, ਵਪਾਰੀ ਆਦਿ ਸ਼ਾਮਿਲ ਕੀਤੇ ਜਾਂਦੇ ਸੀਗੇ, ਠੀਕ ਹੈ। ਤੇ ਨੀਵੀਂ ਜਾਤ ਦੇ ਵਿੱਚ ਕਿਸਾਨ, ਮਜ਼ਦੂਰ, ਇਹਨਾਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਸੀਗਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਸਤਰੀਆਂ ਦੀ ਸਥਿਤੀ। ਸਮਾਜ ਵਿੱਚ ਇਸਤਰੀਆਂ ਦਾ ਸਤਿਕਾਰ ਸੀਗਾ, ਉਹਨਾਂ ਨੂੰ ਸਿੱਖਿਆ ਦਾ ਅਧਿਕਾਰ ਸੀਗਾ, ਉਹਨਾਂ ਨੂੰ ਸਮਾਜਿਕ ਜਿਹੜੇ ਕਾਰਜ ਪ੍ਰੋਗਰਾਮ ਆ ਉਹਨਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਸੀਗਾ, ਉਹਨਾਂ ਦੀ ਸਥਿਤੀ ਚੰਗੀ ਸੀ। ਅੱਗੇ ਦੇਖਦੇ ਹਾਂ ਧਰਮ। ਉਸ ਸਮੇਂ ਦੱਖਣੀ ਭਾਰਤ ਦੇ ਰਾਜਿਆਂ ਦਾ
ਮੁੱਖ ਧਰਮ ਸੀਗਾ ਹਿੰਦੂ ਧਰਮ, ਠੀਕ ਹੈ, ਤੇ ਜਿਹੜੀ ਉਹਨਾਂ ਦੇ ਮੁੱਖ ਦੇਵਤੇ ਜਿਨ੍ਹਾਂ ਦੀ ਉਹ ਪੂਜਾ ਕਰਦੇ ਸੀਗੇ ਉਹ ਸੀਗੇ ਦੇਵਤੇ ਸ਼ਿਵ ਅਤੇ ਵਿਸ਼ਨੂੰ। ਸ਼ਿਵ ਦੇਵਤੇ ਤੇ ਵਿਸ਼ਨੂੰ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ ਤੇ ਬਹੁਤ ਗਿਣਤੀ ਲੋਕ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਸੀਗੇ। ਮੁੱਖ ਧਰਮ ਹਿੰਦੂ ਧਰਮ ਸੀਗਾ, ਰਾਜ ਧਰਮ ਜਿਹਨੂੰ ਮਨਾਇਆ ਜਾਂਦਾ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਸਿੱਖਿਆ ਅਤੇ ਸਾਹਿਤ, ਠੀਕ ਹੈ, ਕਿ ਦੱਖਣੀ ਭਾਰਤ ਦੇ ਰਾਜਾਂ ਵਿੱਚ 700 ਤੋਂ 1200 ਈਸਵੀ ਦੇ ਸਮੇਂ ਦੇ ਦੌਰਾਨ ਸਿੱਖਿਆ ਦੇ ਵਿੱਚ ਕੀ ਨਵੀਆਂ ਚੀਜ਼ਾਂ ਐਡ ਹੋਈਆਂ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ, ਸਾਹਿਤ ਦੇ ਵਿੱਚ ਕੀ ਸੁਧਾਰ ਕੀਤੇ ਗਏ ਦੇਖਦੇ ਹਾਂ ਜੀ। ਸਿੱਖਿਆ ਦੇ ਖੇਤਰ ਵਿੱਚ ਵਿਆਕਰਨ, ਦਰਸ਼ਨ ਸ਼ਾਸਤਰ, ਕਲਾ ਵਿਗਿਆਨ ਤੇ ਗ੍ਰਹਿ ਵਿਗਿਆਨ ਜਿਹਨੂੰ ਅਸੀਂ ਹੋਮ ਸਾਇੰਸ ਬੋਲਦੇ ਹਾਂ, ਠੀਕ ਹੈ, ਇਹਨਾਂ ਵਿਸ਼ਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਉਸ ਟਾਈਮ ਤੇ। ਇਹਨਾਂ ਵਿਸ਼ਿਆਂ ਦੇ ਵਿੱਚ ਸੁਧਾਰ ਲਿਆਂਦਾ ਗਿਆ ਸੀ। ਉਸ ਸਮੇਂ ਦੀ ਮੁੱਖ ਭਾਸ਼ਾ ਸੀਗੀ ਸੰਸਕ੍ਰਿਤ ਅਤੇ ਹਿੰਦੀ, ਠੀਕ ਹੈ ਜੀ। ਸੋ ਸੰਸਕ੍ਰਿਤ ਤੇ ਹਿੰਦੀ ਜਿਹੜੀਆਂ ਸੀਗੀਆਂ ਉਸ ਸਮਾਜ ਦੀਆਂ ਮੁੱਖ ਭਾਸ਼ਾਵਾਂ ਸਨ ਤੇ ਕੁਝ ਖੇਤਰੀ ਭਾਸ਼ਾਵਾਂ ਪ੍ਰਚਲਿਤ ਸੀਗੀਆਂ, ਤਮਿਲ, ਤੇਲਗੂ, ਕੰਨੜ। ਇਹ ਭਾਸ਼ਾਵਾਂ ਜਿਹਨਾਂ ਨੂੰ ਅਸੀਂ ਖੇਤਰੀ ਭਾਸ਼ਾਵਾਂ ਬੋਲਦੇ ਸੀਗੇ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਿਤ ਸੀਗੀਆਂ, ਠੀਕ ਹੈ। ਸੋ ਅੱਗੇ ਦੇਖਦੇ ਹਾਂ ਅਸੀਂ ਕਿ ਜਿਹੜਾ ਸਾਹਿਤ ਸੀਗਾ ਉਹਨੂੰ ਸਭ ਤੋਂ ਵੱਧ ਸੰਸਕ੍ਰਿਤ ਭਾਸ਼ਾ ਵਿੱਚ ਰਚਿਆ ਜਾਂਦਾ ਸੀਗਾ, ਠੀਕ ਹੈ। ਤੇ ਜਿਹੜਾ ਸਿੱਖਿਆ ਦਾ ਕੇਂਦਰ ਸੀਗਾ ਉਹ ਹੁੰਦੇ ਸੀਗੇ ਮੰਦਿਰ, ਮੰਦਿਰਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਉਹ ਸਭ ਦੇ ਪੜ੍ਹਨ ਵਿੱਚ ਆਸਾਨ ਨਹੀਂ ਹੁੰਦੀ, ਉਹਨਾਂ ਨੂੰ ਕੁਝ ਨਿਸ਼ਚਿਤ ਜਿਹੜੇ ਸਿੱਖਿਅਤ ਲੋਕ ਨੇ ਉਹ ਵੀ ਪੜ੍ਹ ਸਕਦੇ। ਇਸ ਤੋਂ ਇਲਾਵਾ ਜਿਹੜੇ ਵੇਦ ਜਾਂ ਗ੍ਰੰਥ ਲਿਖੇ ਜਾਂਦੇ ਸੀ ਉਹ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਜਾਂਦੇ ਸੀਗੇ। ਫਿਰ ਉਸ ਸਮੇਂ ਕੁਝ ਵਿਦਵਾਨਾਂ ਨੇ ਸੰਸਕ੍ਰਿਤ ਭਾਸ਼ਾ ਦੇ ਜਿਹੜੇ ਵੇਦ ਸੀਗੇ ਜਾਂ ਜਿਸਦਾ ਮਹਾਭਾਰਤ, ਰਮਾਇਣ ਇਹਨਾਂ ਦੀ ਰਚਨਾ ਖੇਤਰੀ ਭਾਸ਼ਾਵਾਂ ਵਿੱਚ ਕੀਤੀ, ਉਹਨਾਂ ਦੇ ਨਾਲ ਇਸ ਪ੍ਰਕਾਰ ਨੇ ਵਿਦਵਾਨ ਕੰਬਲ ਨੇ ਰਮਾਇਣ ਦੀ ਰਚਨਾ ਕੀਤੀ ਸੀਗੀ ਤਮਿਲ ਭਾਸ਼ਾ ਵਿੱਚ, ਠੀਕ ਹੈ ਜੀ। ਤੇ ਨੇਨਿਹਾ ਤੇ ਤਿਕਨਾ ਜਿਹੜੇ ਵਿਦਵਾਨ ਸੀਗੇ ਜਿਹਨਾਂ ਦੁਆਰਾ ਮਹਾਭਾਰਤ ਦੀ ਦੂਸਰੀ ਭਾਸ਼ਾ ਤੇਲਗੂ ਭਾਸ਼ਾ ਵਿੱਚ ਰਚਨਾ ਕੀਤੀ ਗਈ ਸੀ, ਠੀਕ ਹੈ ਜੀ। ਮਤਲਬ ਉਹਨਾਂ ਨੇ ਉਹਨਾਂ ਦਾ ਜਿਹਨੂੰ ਅਸੀਂ ਬੋਲ ਦਿੰਦੇ ਹਾਂ ਟ੍ਰਾਂਸਲੇਟ ਕੀਤਾ ਗਿਆ ਸੰਸਕ੍ਰਿਤ ਭਾਸ਼ਾ ਤੋਂ ਜਿਹੜੀ ਖੇਤਰੀ ਭਾਸ਼ਾਵਾਂ ਉਹਨਾਂ ਦੇ ਵਿੱਚ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਲਾਸਟ ਸਾਡਾ ਪੁਆਇੰਟ ਨੰਬਰ 5 ਜ਼ਿਮੀਂਦਾਰਾਂ ਵਿਵਸਥਾ, ਠੀਕ ਹੈ ਜੀ। ਕਿ ਕਿਉਂਕਿ ਅਸੀਂ ਦੱਖਣੀ ਭਾਰਤ ਦੀ ਗੱਲ ਕਰਦੇ ਹਾਂ ਤੇ ਦੱਖਣੀ ਭਾਰਤ ਵਿੱਚ ਸਾਨੂੰ ਪਤਾ ਹੈ ਕਿ ਤਮਿਲਨਾਡੂ, ਕੇਰਲ, ਇਹੋ ਜਿਹੇ ਸਾਡੇ ਸਟੇਟਸ ਨੇ ਆਉਂਦੇ, ਠੀਕ ਹੈ। ਸੋ ਤਮਿਲਨਾਡੂ ਵਿੱਚ ਖੇਤੀ ਦੇ ਵਿਸਥਾਰ ਦਾ ਸਿੱਟਾ ਸੀਗਾ ਜ਼ਿਮੀਂਦਾਰਾਂ ਵਿਵਸਥਾ। ਜਦੋਂ ਖੇਤੀ ਦਾ ਵਿਸਥਾਰ ਹੋਇਆ ਤੇ ਨਾਲ ਉਹਦੇ ਨਾਲ ਹੀ ਜ਼ਿਮੀਂਦਾਰਾਂ ਵਿਵਸਥਾ ਦਾ ਵਿਸਥਾਰ ਹੋਣਾ ਵੀ ਸ਼ੁਰੂ ਹੋ ਗਿਆ, ਠੀਕ ਹੈ। ਸਿੰਚਾਈ, ਸਿੰਚਾਈ ਦੇ ਲਈ ਦਰਿਆਵਾਂ ਤੇ ਤਲਾਬਾਂ ਦੀ ਵਿਵਸਥਾ ਕੀਤੀ ਗਈ ਸੀ, ਠੀਕ ਹੈ। ਦਰਿਆਵਾਂ ਵਿੱਚ ਮੁੱਖ ਦਰਿਆ ਕਾਵੇਰੀ ਸੀਗਾ ਜਿਹਦੇ ਵਿੱਚ ਸਿੰਚਾਈ ਕੀਤੀ ਜਾਂਦੀ ਸੀਗੀ, ਜਿਹਨੂੰ ਸਿੰਚਾਈ ਦੇ ਵਾਸਤੇ ਯੂਜ ਕੀਤਾ ਜਾਂਦਾ ਸੀਗਾ, ਤੇ ਤਲਾਬਾਂ ਨੂੰ ਬਣਾਉਣ ਦੇ ਲਈ ਤਲਾਬ ਕਮੇਟੀ ਬਣਾਈ ਹੋਈ ਸੀਗੀ ਜਿਹੜੀ ਸਾਰੇ ਤਲਾਬਾਂ ਦਾ ਮੁਆਇਨਾ ਕਰਦੀ ਸੀਗੀ, ਪ੍ਰਬੰਧ ਦੇਖਦੀ ਸੀ। ਹਾਂਜੀ, ਅੱਗੇ ਦੇਖਦੇ ਹਾਂ ਔਕੜਾਂ ਸਮੇਂ ਜਿਹੜਾ ਕਰਜ਼ਾ ਸੀਗਾ, ਲਗਾਨ ਸੀਗਾ, ਉਹ ਮੁਆਫ ਕਰ ਦਿੱਤਾ ਜਾਂਦਾ ਸੀਗਾ, ਕਿਉਂਕਿ ਲੋਕ ਖੁਦ ਜਦੋਂ ਉਹਨਾਂ ਕੋਲ ਖੁਦ ਪੈਸਾ ਨਹੀਂ ਹੋਏਗਾ ਤੇ ਉਹ ਪੇ ਕਿਵੇਂ ਕਰ ਸਕਦੇ, ਠੀਕ ਹੈ। ਸੋ ਕਈ ਰਾਜਾਂ ਦੇ ਸਮੇਂ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਸੋਕਾ ਪੈਂਦਾ ਹੈ, ਹੜ੍ਹ ਆਉਂਦੇ ਹੈ, ਤੇ ਇਹੋ ਜਿਹੇ ਸਮੇਂ ਕੀ ਕੀਤਾ ਜਾਂਦਾ ਸੀਗਾ, ਲੋਕਾਂ ਦਾ ਕਰਜ਼ਾ ਜਿਹੜਾ ਆ ਜਾਂ ਲਗਾਨ ਜਿਹੜਾ ਆ ਟੈਕਸ ਉਹਨੂੰ ਮਾਫ਼ ਕਰ ਦਿੱਤਾ ਜਾਂਦਾ ਸੀਗਾ। ਤੇ ਲਾਸਟ ਚੀਜ਼ ਅਸੀਂ ਦੇਖਦੇ ਹਾਂ ਕਿ ਜਿਹੜੇ ਕੁਹਾਮੁਕੜ ਕਬੀਲੇ ਲੋਕ ਸੀਗੇ, ਜਿਹੜੇ ਕਬਾਇਲੀ ਲੋਕ ਜਿਹੜੇ ਜੰਗਲਾਂ ਵਿੱਚ ਰਹਿੰਦੇ ਸੀਗੇ, ਉਹਨਾਂ ਦੁਆਰਾ ਜੰਗਲਾਂ ਨੂੰ ਸਾਫ਼ ਕੀਤਾ ਗਿਆ, ਜੰਗਲ ਸਾਫ਼ ਕਰਕੇ ਖੇਤੀ ਦਾ ਵਿਸਥਾਰ ਕੀਤਾ, ਜਿਹਦੇ ਨਾਲ ਰਾਜਪਾਲ ਦੇ ਇਨਕਮ ਦਾ ਸਾਧਨ ਵੀ ਬਣਿਆ ਤੇ ਇੱਕ ਨਵੀਂ ਵਿਵਸਥਾ ਜਿਹਨੂੰ ਅਸੀਂ ਜ਼ਿਮੀਂਦਾਰਾਂ ਵਿਵਸਥਾ ਬੋਲਦੇ ਹਾਂ ਉਹਦਾ ਜਨਮ ਵੀ ਹੋਇਆ। ਅੱਜ ਲਈ ਇੰਨਾ ਹੀ, ਇਹਦੇ ਨਾਲ ਹੀ ਤੁਹਾਡਾ ਚੈਪਟਰ 12 ਇਤਿਹਾਸ ਦਾ ਖਤਮ ਹੁੰਦਾ ਹੈ। ਥੈਂਕ ਯੂ ਵੈਰੀ ਮੱਚ।